ਦੇਸ਼ ਦੇ ਦੇਸ਼ ਵਿੱਚ ਬੈਠੇ ਸਾਡੇ ਸਾਰੇ ਉਹ ਦਰਸ਼ਕ ਜੋ ਜੁੜ ਚੁੱਕੇ ਨੇ ਇਸ ਸਮੇਂ ਡੀਡੀ ਪੰਜਾਬੀ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦੇ ਵਿੱਚ ਮਹਿਨਵਜੂਦ कौर ਖਬਰਾਂ چاہے ਕਿਸੇ ਵੀ ਖਿੱਤੇ ਜਾਂ ਖੇਤਰ ਦੇ ਨਾਲ ਸਬੰਧਤ ਹੋਣ ਜ਼ਰੂਰੀ ਹੈ ਕਿ ਉਹਨਾਂ ਦੀ ਜ਼ਮੀਨੀ ਹਕੀਕਤ ਦੇ ਨਾਲ ਜੁੜਿਆ ਜਾਵੇ ਤੇ ਉਹਦੇ ਬਾਰੇ ਗੱਲਬਾਤ ਕੀਤੀ ਜਾਵੇ ਸੋ ਇਸ ਸਾਰੀ ਗੱਲਬਾਤ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਅੱਜ ਦੇ ਮਾਹਿਰ ਪਹੁੰਚ ਚੁੱਕੇ ਨੇ ਜੋ ਸਾਰੀ ਵਿਚਾਰ ਚਰਚਾ ਕਰਨਗੇ ਸਾਡੇ ਨਾਲ ਤੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਸੀਂ ਸਵਾਗਤ ਕਰਦੇ ਹਾਂ ਜੀ ਸੀਨੀਅਰ ਪੱਤਰਕਾਰ ਡਾਕਟਰ ਕਮਲੇ ਸਿੰਘ ਦੋਗਲ ਜੀ ਦਾ ਦੋਗਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਭ ਤੋਂ ਵੱਲੀ ਖਬਰ ਲੈਣੇ ਜੋ ਕਿ ਪੱਤਰਕਾਰੀ ਦੇ ਖੇਤਰ ਦੇ ਨਾਲ ਹੀ ਜੁੜੀ ਹੋਈ ਹੈ ਅੱਜ ਹੈ ਜੀ ਅੰਤਰਰਾਸ਼ਟਰੀ ਖੇਡ ਪੱਤਰਕਾਰ ਦਿਵਸ ਜੋ ਕਿ ਸਮਰਪਿਤ ਹੈ ਉਹਨਾਂ ਪੱਤਰਕਾਰਾਂ ਨੂੰ ਜੋ ਕਿ ਖੇਡਾਂ ਦੇ ਨਾਲ ਜੁੜੀ ਹੋਈ ਪੱਤਰਕਾਰੀ ਕਰਦੇ ਨੇ ਔਰ ਚਾਹੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਹੋਵੇ ਸਾਡੇ ਤੱਕ ਉਹ ਹਰ ਖਬਰ ਨੂੰ ਪਹੁੰਚਾਉਂਦੇ ਨੇ ਦੁੱਗਲ ਸਾਹਿਬ ਅੱਜ ਉਹਨਾਂ ਪੱਤਰਕਾਰਾਂ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਾਰੀ ਜਿੰਨੇ ਵੀ ਦੇਸ਼ ਵਿਦੇਸ਼ ਦੇ ਖੇਡ ਪੱਤਰਕਾਰ ਨੇ ਸਾਰਿਆਂ ਨੂੰ ਇਸ ਗੱਲ ਦੀ ਬਧਾਈ ਦਿਨ ਆ ਕਿ ਅੱਜ ਖੇਡ ਪੱਤਰਕਾਰ ਦਿਵਸ ਆ ਇਹ ਜਿਹੜਾ ਖੇਡ ਪੱਤਰਕਾਰ ਦਿਵਸ ਅੰਤਰਰਾਸ਼ਟਰੀ ਖੇਡ ਪੱਤਰਕਾਰ ਦਿਵਸ ਸਾਨੂੰ ਪਤਾ ਆ ਵੀ 2 ਜੁਲਾਈ 1924 ਨੂੰ ਸ਼ੁਰੂ ਹੋਇਆ ਸੀ ਕਿਉਂਕਿ ਉਦੋਂ ਜਿਹੜੀ ਹੈਗੀ ਇੱਕ ਪ੍ਰੈਸ ਇੰਟਰਨੈਸ਼ਨਲ ਪ੍ਰੈਸ ਸਪੋਰਟਸ ਐਸੋਸੀਏਸ਼ਨ ਸੀ ਉਹਨਾਂ ਦੇ ਕਹਿਤੇ ਇਹ ਸ਼ੁਰੂ ਹੋਇਆ ਸੀ ਸਾਨੂੰ ਪਤਾ ਆ ਵੀ ਜਦੋਂ 올ੰਪਿਕ ਗੇਮਸ ਹੋਈਆਂ ਸੀ 1896 ਦੇ ਵਿੱਚ ਗ੍ਰੀਸ ਦੇ ਸ਼ਹਿਰ ਐਥਨਸ ਤੋਂ ਉਦੋਂ ਤੋਂ ਹੀ ਇਹ ਮੰਗ ਕੀਤੀ ਜਾਂਦੀ ਸੀ ਕਿਉਂਕਿ ਇਹਨਾਂ ਖੇਡ ਪੱਤਰਕਾਰਾਂ ਦਾ ਬਹੁਤ ਵੱਡਾ ਰੂਲ ਸੀ ਤੇ 28 ਸਾਲਾਂ ਬਾਅਦ ਮਲ ਕੇ ਜਿਹੜੇ ਹੈਗੇ ਇਹਨਾਂ ਨੂੰ ਮਾਨਤਾ ਜਿਹੜੀ ਹੈਗੇ ਦਿੱਤੀ ਗਈ ਅੱਜ ਅਸੀਂ ਜਾਣਦੇ ਆ ਵੀ ਬਹੁਤ ਸਾਰੇ ਜਿਹੜੇ ਖੇਡ ਪੱਤਰਕਾਰ ਨੇ ਉਹ ਸਾਡੇ ਚੇਤਿਆਂ ਦੇ ਵਿੱਚ ਨੇ ਅਸੀਂ ਉਹਨਾਂ ਦੇ ਜਦੋਂ ਵੀ ਦੇਖਦੇ ਆ ਉਹਨਾਂ ਦੀ ਪੱਤਰਕਾਰੀ ਦੇਖਦੇ ਆ ਤਾਂ ਇੱਕ ਮਾਨ ਮਹਿਸੂਸ ਕਰਦੇ ਆ ਮੈਨੂੰ ਯਾਦ ਆ ਸਾਡੇ 올 ਇੰਡੀਆ ਰੇਡੀਓ ਦੇ ਜਸਦੀਪ ਸਿੰਘ ਹੋਰੀ ਖੇਡ ਪੱਤਰਕਾਰ ਸੀ ਦੂਰਦਰਸ਼ਨ ਨਾਲ ਵੀ ਉਹ ਸੰਬੰਧਿਤ ਰਹੇ ਉਹਨਾਂ ਨੇ 1955 ਦੇ ਵਿੱਚ ਆਪਣੀ ਜਿਹੜੀ ਜੀਵਨ ਜਿਹੜਾ ਨੌਕਰੀ ਸ਼ੁਰੂ ਕੀਤੀ ਸੀ ਉਹ 올 ਇੰਡੀਆ ਰੇਡੀਓ ਜੈਪੁਰ ਤੋਂ ਸ਼ੁਰੂ ਕੀਤੀ ਸੀ ਫੇਰ ਉਹ 18 ਸਾਲਾਵਾ ਦਿੱਲੀ ਦੇ ਵਿੱਚ ਆ ਗਏ ਸੀ ਤੇ ਜਿੰਨੀਆਂ ਵੀ ਸਾਡੇ ਇਹ ਜਿਹੜੀਆਂ ਹਾਕੀ ਦੀਆਂ ਕਮੈਂਟਰੀਜ਼ ਜਾਂ ক্রিকেট ਦੀਆਂ ਕਮੈਂਟਰੀਜ਼ ਜਾਂ ਸਾਡੇ ਜਿਹੜੇ ਹੈਗਾ 26 ਜਨਵਰੀ ਜਾਂ 15 ਅਗਸਤ ਜਸਦੇਵ ਸਿੰਘ ਤੋਂ ਬਿਨਾ ਜਿਹੜਾ ਹੈਗਾ ਸਾਰਾ ਪ੍ਰੋਗਰਾਮ ਜਿਹੜਾ ਅਧੂਰਾ ਹੁੰਦਾ ਸੀ ਸੋ ਪਿਛਲੇ 18 2018 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਅੱਜ ਵੀ ਉਹ ਸਾਡੇ ਸਾਰੇ ਦੇ ਚੇਤਿਆਂ ਦੇ ਵਿੱਚ ਨੇ ਕਿਉਂਕਿ ਉਹਨਾਂ ਦੀ ਕਮੈਂਟਰੀ ਇੰਨਾ ਸਵਾਦ ਦਿੰਦੀ ਸੀ ਵੀ ਇੰਜ ਲੱਗਦਾ ਸੀ ਵੀ ਬੰਦਾ ਜੇ ਨਹੀਂ ਜਿਹੜਾ ਰੇਡੀਓ ਤੇ ਕਮੈਂਟਰੀ ਹੁੰਦਾ ਵੀ ਇੰਜ ਲੱਗਦਾ ਸੀ ਵੀ ਉਹ ਜਿਵੇਂ ਗਰਾਊਂਡ ਦੇ ਵਿੱਚ ਆ ਸੋ ਮੈਂ ਇਸ ਮੌਕੇ ਦੇ ਉੱਪਰ ਸਾਰੇ ਖੇਡ ਪત્રਕਾਰਾਂ ਨੂੰ ਚਾਹੇ ਉਹ ਕਿਸੇ ਵੀ ਦੇਸ਼ ਨਾਲ ਸੰਬੰਧਿਤ ਨੇ ਇਸ ਗੱਲ ਦੀ ਵਧਾਈ ਦਿਨਾ ਆ ਤੇ ਉਹਨਾਂ ਦੀ ਪੱਤਰਕਾਰਤਾ ਨੂੰ ਸਲਾਮ ਵੀ ਕਰਦਾ ਜੀ ਦੁੱਗਲ ਸਾਹਿਬ ਇਸ ਤੋਂ ਬਾਅਦ ਅਸੀਂ ਵਾਦਦੇ ਆ ਜੀ ਅੱਜ ਦੀ ਪਹਿਲੀ ਖਬਰ ਵੱਲ ਜਿਹੜੀ ਕਿ ਭਾਰਤ ਤੇ ਚੀਨ ਨੂੰ ਲੈ ਕੇ ਪਰ ਉਹਦੇ ਚੀਨ ਤੇ ਤਣਾ ਨੂੰ ਲੈ ਕੇ ਜਿਹੜੀਆਂ ਖਬਰ ਕੋਈ ਜ਼ਿਆਦਾ ਵਧੀਆ ਨਹੀਂ ਹੈ ਕਿਉਂਕਿ ਇਹਨੂੰ ਲੈ ਕੇ ਹੁਣ ਬਿਆਨ ਇੱਕ ਸਾਡੇ ਸਾਹਮਣੇ ਆਇਆ ਕਿ ਭਾਰਤ ਵੱਲੋਂ ਚੀਨੀ ਉਤਪਾਦਾਂ ਦਾ ਜਿਹੜਾ ਬਾਈਕਾਟ ਹੈ ਉਹਨੂੰ ਲੈ ਕੇ ਇੱਕ ਜਿਹੜੀ ਕਵਾਇਦ ਹੈ ਉਹਨੂੰ ਸ਼ੁਰੂ ਕਰਨ ਦਾ ਜਿਹੜਾ ਹੰਗਾਰਾ ਉਹ ਪਰ ਦਿੱਤਾ ਗਿਆ ਤੇ ਇਹਦੇ ਤਹਿਤ ਜਿਹੜਾ ਅਹਿਮ ਫੈਸਲਾ ਲਿਆ ਗਿਆ ਉਹ ਹੈ ਜੀ ਸੜਕੀ ਹਵਾ ਆਵਾਜਾਈ ਤੇ ਸ਼ਹਿਰਾ ਜਿਹੜੇ ਰਮਨ ਸਾਹਿਬ ਪ੍ਰੋਜੈਕਟ ਨੇ ਦੇਖੋ ਇਹ ਜਿਹੜਾ ਹੈਗਾ ਪਿਛਲੇ 7 ਹਫਤਿਆਂ ਤੋਂ ਜਿਹੜਾ ਹੈਗਾ ਚੀਨ ਤੇ ਸਾਡਾ ਭਾਰਤ ਦਾ ਜਿਹੜਾ ਪੂਰਬੀ ਲਦਾਖ ਦਾ ਜਿਹੜਾ ਏਰੀਆ ਹੈਗਾ ਐਲ ਏ ਸੀ ਜੀ ਉਹਦੇ ਵਿੱਚ ਤਣਾਅ ਜਿਹੜਾ ਹੈਗਾ ਲਗਾਤਾਰ ਜਾਰੀ ਆ ਹਾਲਾਂਕਿ ਇਹ ਤਿੰਨ ਜਿਹੜੀਆਂ ਨੇ ਸਾਡੀਆਂ ਜਨਰਲ ਲੈਵਲ ਦੀਆਂ ਮੀਟਿੰਗਸ ਕੋਰ ਕਮਾਂਡਰਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਮੀਟਿੰਗਸ ਹੋ ਚੁੱਕੀਆਂ ਨੇ ਪਹਿਲੀ ਮੀਟਿੰਗ ਜਿਹੜੀ ਹੈਗੀ 6 ਜੂਨ ਨੂੰ ਹੋਈ ਸੀ ਤੇ ਇਸੇ ਦੌਰਾਨ ਜਿਹੜੇ ਹੈਗਾ ਸਾਡੇ ਜਿਹੜੇ ਵਿਦੇਸ਼ ਮੰਤਰੀ ਨੇ ਤੇ ਚੀਨ ਦੇ ਵਿਦੇਸ਼ ਮੰਤਰੀ ਨੇ ਉਹਨਾਂ ਦੀ ਵੀ ਟੈਲੀਫੋਨ ਦੇ ਉੱਪਰ ਕਈ ਵਾਰ ਗੱਲਬਾਤ ਹੋਈ ਆ ਪਰ ਫੇਰ ਵੀ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਜਿਹੜਾ ਤਣਾਅ ਹੋਇਆ ਅਸੀਂ ਦੇਖਿਆ ਵੀ 15 ਜੂਨ ਨੂੰ ਜਿਹੜੀ ਘਟਨਾ ਹੋਈ ਜਿਹਦੇ ਵਿੱਚ 20 ਸਾਡੇ ਜਵਾਨ ਜਿਹੜੇ ਆ ਸ਼ਹੀਦ ਹੋ ਗਏ ਤੇ ਉਹਨਾਂ ਦੇ ਬਾਰੇ ਵੀ ਗੱਲਬਾਤ ਜਿਹੜੀ ਹੈਗੀ ਆ ਕਾਫੀ ਦੇਰ ਚੱਲਦੀ ਰਹੀ ਆ ਹੁਣ ਜਿਹੜਾ ਹੈਗਾ ਹੁਣ ਜਦੋਂ ਅਸੀਂ ਦੇਖਿਆ ਹੈਗਾ ਵੀ ਭਾਰਤ ਸਰਕਾਰ ਨੇ ਜਿਹੜੀਆਂ ਚੀਨੀ 59 ਨਾਹਟ ਜਿਹੜੀਆਂ ਐਪਸ ਨੇ ਉਹ ਬੰਦ ਕਰ ਦਿੱਤੀਆਂ ਨੇ ਇਹਦੇ ਨਾਲ ਜਿਹੜੀ ਜਿਹੜਾ ਹੈਗਾ ਚੀਨ ਨੂੰ ਇੱਕ ਝਟਕਾ ਤਾਂ ਲੱਗਿਆ ਹੈਗਾ ਹੁਣ ਜਦੋਂ ਚੀਨ ਨੇ ਜਦੋਂ ਇਹ ਜਿਹੜੀਆਂ ਹੈਗੀਆਂ ਇੱਕ ਝਟਕਾ ਲੱਗਿਆ ਹੈਗਾ ਤਾਂ ਸਾਡੇ ਜਿਹੜੇ ਹੈਗੇ ਸੜਕੀ ਆਵਾਜਾਈ ਮੰਤਰੀ ਨਿਤਨ ਗੜਕਰੀ ਕੱਲ ਉਹਨਾਂ ਦਾ ਬਿਆਨ ਆਇਆ ਵੀ ਹੁਣ ਜਿਹੜੇ ਜਿਵੇਂ ਸਾਡੇ ਜਰਨੈਲੀ ਸੜਕਾਂ ਨੇ ਸ਼ਾਹਮਾਰਗ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹਨਾਂ ਦੇ ਉੱਪਰ ਜਿੰਨੇ ਵੀ ਪ੍ਰੋਜੈਕਟ ਚੱਲਦੇ ਨੇ ਉਹ ਕਿਸੇ ਦੇ ਵਿੱਚ ਵੀ ਚੀਨੀ ਕੰਪਨੀ ਜਿਹੜੀ ਹੈਗੀ ਆ ਉਹ ਭਾਈਵਾਲ ਨਹੀਂ ਹੋਊਗੀ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਜੇ ਬਾਈਜਾਂਸ ਕੋਈ ਭਾਰਤੀ ਕੰਪਨੀ ਆ ਜਿਹਦਾ ਕੋਈ ਸ਼ੇਅਰ ਜਿਹੜਾ ਹੈਗਾ ਉਹ ਚੀਨੀ ਕੰਪਨੀ ਕੋਲੇ ਆ ਉਹ ਵੀ ਨਹੀਂ ਹੋਏਗਾ ਸੋ ਇਸ ਤਰ੍ਹਾਂ ਇਸ ਤਰ੍ਹਾਂ ਹੀ ਸਾਡੇ ਜਿਹੜੇ ਖੁਰਾਕੀ ਖਪਤਕਾਰਾਂ ਬਾਰੇ ਮੰਤਰੀ ਨੇ ਉਹਨਾਂ ਨੇ ਵੀ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਵੀ ਅਸੀਂ ਜਿਹੜਾ ਹੈਗਾ ਬਿਲਕੁਲ ਵੀ ਕੋਈ ਇਸ ਤਰ੍ਹਾਂ ਦਾ ਇਹ ਦੇ ਵਿੱਚ ਚੀਨ ਦੀਆਂ ਕੰਪਨੀਆਂ ਨਾਲ ਸਹਿਯੋਗ ਨਹੀਂ ਕਰਾਂਗੇ ਕਿਉਂਕਿ ਉਹ ਦੇਖੋ ਜਦੋਂ ਹੁਣ ਆਮ ਲੋਕਾਂ ਦੇ ਵਿੱਚ ਸਾਨੂੰ ਪਤਾ ਹੈਗਾ ਵੀ ਚੀਨ ਨੂੰ ਲੈ ਕੇ ਬਹੁਤ ਸਾਰਾ ਗੁੱਸਾ ਆ ਚੀਨ ਦੇ ਵਿੱਚ ਇੰਨਾ ਗੁੱਸਾ ਆ ਵੀ ਅਸੀਂ ਜਿਹੜੇ ਦੇ ਜਿਹੜੇ ਲੋਕਲ ਜਿਹੜੇ ਹੈਗਾ ਉਹਨਾਂ ਨੂੰ ਮੇਡ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਤਰਜੀਹ ਦੇਣ ਲੱਗ ਗਏ ਹੁਣ ਆਮ ਤੌਰ ਤੇ ਜਿਹੜਾ ਆਮ ਬੰਦਾ ਵੀ ਆ ਜਿਹੜਾ ਭਾਰਤੀ ਨਾਗਰਿਕ ਆ ਜਿਹੜਾ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ ਆ ਉਹਨੂੰ ਹੁਣ ਲੱਗ ਗਿਆ ਵੀ ਨਹੀਂ ਮੈਂ ਹੁਣ ਜਿਹੜੇ ਹੈਗੇ ਚੀਨੀ ਮੋਬਾਈਲ ਨਹੀਂ ਲੈਣੇ ਨਾ ਮੈਂ ਉਹਨੂੰ ਚੀਨੀ ਐਪ ਐਪਸ ਦੀ ਵਰਤੋਂ ਕਰਨੀ ਆ ਤੇ ਇੱਥੋਂ ਤੱਕ ਜਿਹੜੀ ਜਿਹੜਾ ਗੁੱਸਾ ਜਿਹੜਾ ਹੈਗਾ ਉਹਨਾਂ ਦੇ ਵਿੱਚ ਬਹੁਤ ਆ ਹੁਣ ਇਹਦਾ ਜਿਹੜਾ ਹੈਗਾ ਚੀਨ ਨੂੰ ਬਹੁਤ ਵੱਡਾ ਜਿਹੜਾ ਹੈਗਾ ਝਟਕਾ ਲੱਗ ਰਿਹਾ ਅਸੀਂ ਦੇਖ ਰਹੇ ਆ ਵੀ ਹੋਰ ਦੇਸ਼ਾਂ ਦੇਸ਼ ਵੀ ਜਿਹੜਾ ਹੈਗਾ ਭਾਰਤ ਨੂੰ ਦੇਖ ਕੇ ਜਿਹੜੀਆਂ ਹੈਗ ਬੰਦ ਕਰ ਰਹੇ ਨੇ ਸੋ ਜਿਹੜਾ ਹੈਗਾ ਜਿਹੜਾ ਇਹ ਸਾਡਾ ਨਿਤਨ ਗਟਕਰੀ ਉਹਨਾਂ ਵੱਲੋਂ ਲਿਆ ਗਿਆ ਫੈਸਲਾ ਇਹ ਉਸੇ ਗੱਲ ਨੂੰ ਦਰਸਾਉਂਦਾ ਆ ਵੀ ਚੀਨੀ ਸਮਾਨ ਦਾ ਜਿਹੜਾ ਹੈਗਾ ਅਸੀਂ ਬਾਈਕਾਟ ਕਰੀਏ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਹੋਰੀ ਬਾਰ ਬਾਰ ਇਹ ਕਹਿ ਚੁੱਕੇ ਨੇ ਵੀ ਅਸੀਂ ਆਪਣੇ ਭਾਰਤ ਨੂੰ ਜਿਹੜਾ ਹੈਗਾ ਆਤਮ ਨਿਰਭਰ ਬਣਾਉਣਾ ਆਤਮ ਨਿਰਭਰਤਾ ਹੀ ਬਣੂਗਾ ਜੇ ਉਹ ਜਣੀ ਜਿਹੜਾ ਹੈਗਾ ਆਪਣੀ ਸਵਦੇਸ਼ੀ ਮਾਲ ਜਿਹੜਾ ਹੈਗਾ ਉਹੀ ਖਰੀਦੂਗਾ ਉਹੀ ਵੇਚੂਗਾ ਉਹਦੀ ਉਹ ਜਿਹੜਾ ਹੈਗਾ ਪ੍ਰਸਾਰ ਕਰੂਗਾ ਉਹਦਾ ਹੀ ਪ੍ਰਚਾਰ ਕਰੂਗਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਰਲ ਕੇ ਜਿਹੜੀਆਂ ਨੇ ਇਹ ਜਿਹੜੀ ਸਾਨੂੰ ਚੀਨੀ ਚੀਜ਼ਾਂ ਦਾ ਜਿਹੜਾ ਬਾਝੇ ਹੁਣ ਅਸੀਂ ਕਹਿੰਦੇ ਵੀ ਚੀਨੀ ਚੀਜ਼ਾਂ ਦਾ ਤਾਂ ਅਸੀਂ ਚਲੋ ਐਪਸ ਦਾ ਬਾਈਕਾਟ ਕਰ ਦੇ ਦਤਾ ਪਰ ਅਸੀਂ ਸੜਕੀ ਆਵਾਜਾਈ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਚੀਨੀ ਉਹਨਾਂ ਨੂੰ ਦੇ ਰਹੇ ਹਾਂ ਸੋ ਹੁਣ ਜਿਹੜਾ ਹੈਗਾ ਇਹ ਸਾਰੀਆਂ ਮੰਤਰੀ ਜਿੰਨੇ ਵੀ ਮੰਤਰਾਲੇ ਨੇ ਚਾਇਓ ਕਰਾਕ ਮੰਤਰਾਲਾ ਹੈਗਾ ਚਾਹੇ ਸਾਡਾ ਖਪਤਕਾਰਾਂ ਦਾ ਮੰਤਰਾਲਾ ਆ ਚਾਹੇ ਸਾਡਾ ਜਿਹੜਾ ਹੈਗਾ ਇਹ ਸੜਕੀ ਆਵਾਜਾਈ ਦਾ ਮੰਤਰਾਲਾ ਇਹ ਸਾਰਿਆਂ ਨੇ ਹੁਣ ਫੈਸਲਾ ਕੀਤਾ ਵੀ ਅਸੀਂ ਕੋਈ ਵੀ ਇਸ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਚੀਨ ਨੂੰ ਨਹੀਂ ਦਵਾਂਗੇ ਜੀ ਉਗਲ ਸਾਹਿਬ ਅਗਲੀ ਖਬਰ ਵੀ ਭਾਰਤ ਤੇ ਚੀਨ ਦੇ ਸਬੰਧਾਂ ਨੂੰ ਲੈ ਕੇ ਹੀ ਹੈ ਕਿ ਜਿਹੜੇ ਕੋਰ ਕਮਾਂਡਰਾਂ ਦੀ ਜਿਹੜੀ ਬੈਠਕ ਹੈ ਉਹੀ ਜਿਹੜੀ ਉਹ 12 ਘੰਟੇ ਮੀਟਿੰਗ ਚੱਲੀ ਤੇ ਉਸ ਤੋਂ ਬਾਅਦ ਉਹਦੇ ਵਿੱਚ ਕੁਝ ਅਹਿਮ ਫੈਸਲੇ ਵੀ ਲੈ ਗਏ ਉਸ ਤੋਂ ਬਾਅਦ ਜਿਹੜਾ ਐਲ ਏ ਸੀ ਹੈ ਉਥੇ ਚੀਨ ਦੇ ਖਿਲਾਫ ਜਿਹੜੇ 20000 ਜਿਹੜੇ ਸੈਨਿਕ ਹੈ ਉਹ ਤਨੋਦ ਕੀਤੇਗਾ ਦੇਖੋ ਚੀਨ ਦੀ ਕਹਿਣੀ ਤੇ ਕਰਨੀ ਦੇ ਵਿੱਚ ਜਿਹੜਾ ਹੈਗਾ ਜ਼ਮੀਨ ਆਸਮਾਨ ਦਾ ਫਰਕ ਆ ਅਸੀਂ ਦੇਖਿਆ ਸੀ ਵੀ 6 ਜੂਨ ਨੂੰ ਵੀ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਕੋਰ ਕਮਾਂਡਰਾਂ ਦੀ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਉਹਨਾਂ ਦੀ ਅਗਵਾਈ ਦੇ ਤਹਿਤ ਉਦੋਂ ਵੀ ਮਤਲਬ ਕਿ ਕਿਹਾ ਗਿਆ ਸੀ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਕਾਰਾ ਨਹੀਂ ਕਰਾਂਗੇ ਪਰ ਹੁਣ ਅਸੀਂ ਦੇਖ ਰਹੇ ਹਾਂ ਵੀ ਚੀਨੀ ਫੌਜਾਂ ਜਿਹੜੀਆਂ ਹੈਗੀਆਂ ਆਪਣੀਆਂ ਦੋ ਡਿਵੀਜ਼ਨ ਜਿਹੜੀਆਂ ਹੈਗੀਆਂ ਉਹਨਾਂ ਨੇ ਉੱਥੇ ਬਿਠਾਤੀਆਂ ਹੂੰ ਉਹ ਦੋ ਡਿਵੀਜ਼ਨ ਦੇ ਵਿੱਚ ਇੱਕ ਡਿਵੀਜ਼ਨ ਦੇ ਵਿੱਚ 12000 ਦੇ ਕਰੀਬ ਸੈਨਿਕ ਹੁੰਦੇ ਆ ਤੇ ਇੱਕ ਪਾਸੇ ਤਾਂ ਅਸੀਂ ਜਿਹੜੀਆਂ ਆਪਣੀਆਂ ਫੌਜਾਂ ਜਿਹੜੀਆਂ ਹੈਗੀਆਂ ਨੇ ਐਲਏਸੀ ਤੋਂ ਜਿਹੜੀਆਂ ਹੈਗੀਆਂ ਐਕਚੁਅਲੀ ਥਾਂ ਤੇ ਲੈ ਜਾਣ ਨੂੰ ਫਿਰਦੇ ਆ ਗੱਲਬਾਤ ਅਸੀਂ ਇਹ ਕਰ ਰਹੇ ਆ ਕਿਉਂ ਸਾਡੇ ਵਿਦੇਸ਼ ਮੰਤਰੀਆਂ ਨਾਲ ਵੀ ਇਹੀ ਗੱਲ ਹੋਈ ਆ ਵੀ ਤਲਕੀ ਜਿਹੜੀ ਹੈਗੀ ਹੈ ਘਟਾਉਣੀ ਆ ਜਿਹੜੀ ਤਲਕੀ ਕਿਸੇ ਵੀ ਸਮੱਸਿਆ ਦਾ ਜਿਹੜਾ ਹੈਗਾ ਉਹ ਜਿਹੜਾ ਹੱਲ ਨਹੀਂ ਹੈਗਾ ਸੋ ਇੱਕ ਪਾਸੇ ਤਾਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਦੂਸਰੇ ਪਾਸੇ ਅਸੀਂ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਫੌਜਾਂ ਦਾ ਨਫਰੀ ਜਿਹੜੀ ਆ ਜੁਮਾਂਬੜਾ ਜਿਹੜਾ ਹੈਗਾ ਉਹ ਵਧਾ ਰਹੇ ਹਾਂ ਹੁਣ ਦੇਖੋ ਪਾਕਿਸਤਾਨ ਨੇ ਜਿਹੜਾ ਹੈਗਾ ਮਕਬੂਜ਼ਾ ਕਸ਼ਮੀਰ ਦੇ ਵਿੱਚ ਵੀ 20000 ਸੈਨਿਕ ਲਾਤੇ ਕਿਹਾ ਇਹ ਜਾਂਦਾ ਵੀ ਜਿਹੜੇ ਇਹਨੇ ਪਾਕਿਸਤਾਨ ਨੇ ਜਿਹੜੇ ਮਕਬੂਜ਼ਾ ਕਸ਼ਮੀਰ ਦੇ ਵਿੱਚ 20000 ਸੈਨਿਕ ਲਾ ਰਹੇ ਨੇ ਉਹ ਵੀ ਚੀਨ ਦੇ ਕਿਸੇ ਤੇ ਲਾ ਰਹੇ ਨੇ ਸੋ ਇੱਕ ਅਸੀਂ ਜਿਹੜੀ ਹੈਗੀ ਸਾਡੀ ਕਹਿਣੀ ਤੇ ਕਥਨੀ ਜਿਹੜੀ ਆ ਉਹ ਇੱਕ ਹੋਣੀ ਚਾਹੀਦੀ ਹੈ ਜੇ ਅਸੀਂ ਕਹਿਣੀ ਤੇ ਕਥਨੀ ਦੇ ਵਿੱਚ ਤਾਲਹੀ ਜਿਹੜੀ ਹੈਗੀ ਆ ਉਹ ਹਮੇਸ਼ਾ ਵਰਕਰਾਂ ਰਹਿੰਦੀ ਆ ਇਹਦਾ ਨੁਕਸਾਨ ਜਿਹੜਾ ਹੈਗਾ ਚੀਨ ਨੂੰ ਵੀ ਆ ਸਾਨੂੰ ਵੀ ਹੈਗਾ ਸਾਰਿਆਂ ਨੂੰ ਹੀ ਆ ਕਿਉਂਕਿ ਅਸੀਂ ਜਿੰਨਾ ਧੇਰ ਜਿਹੜਾ ਅਮਨ ਦੇ ਵਿੱਚ ਜਿਹੜਾ ਖਿੱਤੇ ਦੇ ਵਿੱਚ ਅਮਨ ਨਹੀਂ ਹੋਊਗਾ ਉਨੀ ਧੇਰ ਅਸੀਂ ਕੋਈ ਵੀ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰਾ ਕਰ ਸਕਦੇ ਜਿਹੜਾ ਵਿਕਾਸ ਨੂੰ ਰਾਹ ਪਾਵੇ ਸੋ ਇਸ ਤਰ੍ਹਾਂ ਦੇ ਕਰਕੇ ਜਿਹੜਾ ਚੀਨ ਨੂੰ ਇਹ ਚਾਹੁੰਦਾ ਹੈਗਾ ਵੀ ਜੇ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਜੰਗੀ ਮਸ਼ਕਾਂ ਨੇ ਫੌਜੀਆਂ ਦੀ ਗਿਣਤੀ ਵਧਾਉਣੀ ਉਥੇ ਫਲਾਈਟਾਂ ਵਧਾਉਣੀਆਂ ਉਥੇ ਆਪਣੇ ਜੰਗੀ ਬੇੜੇ ਲਾਉਣੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਉਲਟ ਜਾਂਦੀਆਂ ਨੇ ਰਿਐਲਿਟੀ ਦੇ ਸੋ ਇਸ ਕਰਕੇ ਜਿਹੜਾ ਹੈਗਾ ਹੁਣ ਜਿਹੜੀ ਸਮੇਂ ਦੀ ਮੰਗ ਇਹੀ ਆ ਵੀ ਚੀਨ ਨੂੰ ਹੁਣ ਵੀ ਜਿਹੜਾ ਤੁਹਲਮ ਰੱਖ ਕੇ ਜਿਹੜਾ ਹੈਗਾ ਇਹਦੀ ਕਾਰਵਾਈ ਕਰਨੀ ਚਾਹੀਦੀ ਆ ਤੇ ਆਪਣੀ ਗੱਲ ਜਿਹੜੇ ਮੇਜ਼ ਤੇ ਉੱਪਰ ਆ ਕੇ ਜਿਹੜਾ ਹੈਗਾ ਗੱਲਬਾਤ ਜਿਵੇਂ ਕਰ ਰਹੇ ਨੇ ਹੁਣ ਜਿਵੇਂ ਕੱਲ 12 ਘੰਟੇ ਮੀਟਿੰਗ ਚੱਲੀ ਆ ਉਹਨੂੰ ਜਿਹੜਾ ਹੈਗਾ ਸਾਰਥਿਕ ਰੂਪ ਜਿਹੜਾ ਹੈਗਾ ਇਹਨੂੰ ਦੇਣਾ ਚਾਹੀਦਾ ਜੀ ਦੁਗਲ ਸਾਬ ਅਗਲੀ ਵਾਰ ਫਿਰ ਗੱਲ ਲੈ ਕੇ ਭਾਰਤ ਤੇ ਚਾਈਨਾ ਨੂੰ ਲੈ ਕੇ ਕਿ ਜਿਸ ਤਰ੍ਹਾਂ ਭਾਰਤ ਵੱਲੋਂ ਕੁਝ ਦਿਨ ਪਹਿਲਾਂ ਕੁਝ ਜਿਹੜੀਆਂ ਚੀਨੀ ਐਪਸ ਸੀਗੀਆਂ ਉਹਨਾਂ ਦਾ ਬਾਈਕਾਟ ਕੀਤਾ ਗਿਆ ਇਸੇ ਤਰ੍ਹਾਂ ਹੁਣ ਅਮਰੀਕਾ ਵੱਲੋਂ ਵੀ ਦੋ ਜਿਹੜੀਆਂ ਪ੍ਰਮੁੱਖ ਚੀਨੀ ਕੰਪਨੀਆਂ ਹਨ ਉਹਨਾਂ ਦਾ ਉਹਨਾਂ ਨੂੰ ਆਪਣੇ ਅਮਰੀ 14 ਦੱਸਨੇ ਹੋਇਆ ਉਹਨਾਂ ਦਾ ਜਿਹੜਾ ਉਹ ਬਾਈਕਾਟ ਕੀਤਾ ਗਿਆ ਦੇਖੋ ਇਹ ਮੈਂ ਅੱਗੇ ਵੀ ਗੱਲ ਕੀਤੀ ਆ ਵੀ ਭਾਰਤ ਨੇ ਜਿਹੜੀਆਂ ਐਪਸ ਬੰਦ ਕੀਤੀਆਂ ਉਹਨੂੰ ਦੇਖ ਕੇ ਇਕੱਲਾ ਅਮਰੀਕਾ ਹੀ ਨਹੀਂ ਹੋਰ ਵੀ ਬਹੁਤ ਸਾਰੇ ਦੇਸ਼ ਜਿਹੜੇ ਚੀਨ ਨੂੰ ਸ਼ਾਂਤੀ ਦਾ ਖਤਰਾ ਮੰਨਦੇ ਆ ਵੀ ਉਹਨੂੰ ਅਮਨ ਦਾ ਬੈਰੀ ਮੰਨਦੇ ਆ ਉਹ ਆਪਣੇ ਆਪਣੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਨੇ ਅਮਰੀਕਾ ਨੇ ਕੱਲ ਜਿਹੜੀਆਂ ਹੈਗੀਆਂ ਦੋ ਵੱਡੀਆਂ ਇਹ ਉਹਨਾਂ ਦੀਆਂ ਜਿਹੜਾ ਸੋਸ਼ਲ ਐਪਸ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਇੱਕ ਤਾਂ ਹਵਾਈਵੇ ਹੈਗੀ ਆ ਇੱਕ ZTE ਆ ਇਹ ਜਿਹੜੀਆਂ ਹੈਗਾ ਅਮਰੀਕਾ ਨੇ ਇੱਕ ਇਹਨਾਂ ਨਾਲ ਚੀਨੀ ਕੰਪਨੀਆਂ ਨਾਲ ਇੱਕ ਜਿਹੜਾ ਹੈਗਾ ਇੱਕ ਉਮੀਦਾ ਕੀਤਾ ਸੀ ਵੀ ਉਹਨਾਂ ਦੇ ਆਪਣੇ ਜਿਹੜੇ ਰੂਰਲ ਏਰੀਆ ਦੇ ਵਿੱਚ ਆ ਜਿਹੜਾ ਹੈਗਾ ਜਨ ਸੰਚਾਰ ਨੂੰ ਜਾਂ ਉਹਨਾਂ ਦੀ ਜਿਹੜੀ ਸੂਚਨਾ ਕ੍ਰਾਂਤੀ ਨੂੰ ਵਡਾਵਾ ਦੇਣ ਦੇ ਲਈ 83 ਅਰਬ ਡਾਲਰ ਰੁਪਏ ਦਾ ਜਿਹੜਾ ਹੈਗਾ ਇਹਨਾਂ ਨੇ ਉਹਨਾਂ ਨਾਲ ਕੀਤਾ ਸੀ ਹੁਣ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਕਰਾਰ ਜਿਹੜਾ ਹੈਗਾ ਉਹ ਚੀਨ ਦੇ ਨਾਲ ਨਹੀਂ ਕਰਾਂਗੇ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਤੀਨੀ ਨੂੰ ਚੀਨ ਨੂੰ ਝਟਕਾ ਆ ਅਸੀਂ ਦੇਖ ਰਹੇ ਹਾਂ ਵੀ ਹੁਣ ਸਾਡੇ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਜਿਹੜੀਆਂ ਉਹਨਾਂ ਦੀਆਂ ਐਪਸ ਸੀ ਵੀਵੋ ਐਪ ਉਹ ਤੋਂ ਆਪਣੀਆਂ ਜਿਹੜੀਆਂ 115 ਪੋਸਟਾਂ ਸੀ 113 ਪੋਸਟਾਂ ਜਿਹੜੀਆਂ ਹੈਗੇ ਨੇ ਕੱਲ ਉਹਨਾਂ ਨੇ ਡਿਲੀਟ ਕਰਤੀਆਂ ਉਹਦੇ ਵਿੱਚ ਜਿਹੜੀਆਂ ਦੋ ਪੋਸਟਾਂ ਸਿਰਫ ਇਸ ਕਰਕੇ ਰਹਿ ਗਈਆਂ ਕਿਉਂਕਿ ਉਹ ਚੀਨੀ ਜਿਹੜੀ ਐਪ ਆ ਉਹਦਾ ਇਹ ਹੈਗਾ ਵੀ ਉਹਦੇ ਵਿੱਚ ਜਦੋਂ ਵੀ ਉਹ ਚੀਨੀ ਰਾਸ਼ਟਰਪਤੀ ਦੀ ਫੋਟੋ ਲੱਗੀ ਹੁੰਦੀ ਆ ਤਾਂ ਉਹ ਐਪ ਤੁਸੀਂ ਡਿਲੀਟ ਨਹੀਂ ਕਰ ਸਕਦੇ ਉਹਨਾਂ ਦਾ ਪਹਿਲਾਂ ਸ਼ੁਰੂ ਤੋਂ ਹੀ ਹੈਗਾ ਸੋ ਇਸ ਕਰਕੇ ਜਿਹੜਾ ਹੈਗਾ ਹੁਣ ਦੇਖੋ ਜਦੋਂ ਪ੍ਰਧਾਨ ਮੰਤਰੀ ਹੋਰਾਂ ਨੇ ਆਪਣੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਉਂਕਿ ਜਦੋਂ ਲੋਕਾਂ ਨੇ ਉਹਨਾਂ ਨੇ ਕਿਹਾ ਵੀ ਟਿਕਟੋਕ ਬੰਦ ਕਰ ਦਿੱਤਾ ਜਾਂ 98 ਹੋਰ ਐਪਸ ਬੰਦ ਕਰ ਦਿੱਤੀਆਂ ਤਾਂ ਉਹਨਾਂ ਨੇ ਆਪਣੇ ਜਿਹੜੇ ਹੈਗਾ ਸਭ ਤੋਂ ਪਹਿਲਾਂ ਸੋ ਇਹਦਾ ਜਿਹੜਾ ਮੈਸੇਜ ਜਿਹੜਾ ਜਾਂਦਾ ਹੈਗਾ ਸਾਡੇ ਪ੍ਰਧਾਨ ਮੰਤਰੀ ਦਾ ਇਸ ਤਰ੍ਹਾਂ ਚੀਨੀ ਐਪਸ ਤੋਂ ਨੂੰ ਡਿਲੀਟ ਕਰਨਾ ਜਾਂ ਆਪਣੀਆਂ ਪੋਸਟਾਂ ਡਿਲੀਟ ਕਰਨਾ ਇਹਦਾ ਇੱਕ ਮੈਸੇਜ ਜਿਹੜਾ ਹੈਗਾ ਉਹ ਬਰਡ ਲੈਵਲ ਤੇ ਸਮੁੱਚੇ ਸੰਸਾਰ ਦੇ ਵਿੱਚ ਜਾਂਦਾ ਆ ਚੀਨ ਨੂੰ ਵੀ ਮੈਂ ਤਾਂ ਕਹਾਂਗਾ ਵੀ ਹੁਣ ਇਹ ਸਮੁੱਚੇ ਜਿਹੜਾ ਮਾਮਲੇ ਤੋਂ ਜਿਹੜਾ ਹੈਗਾ ਸਭ ਸਿੱਖਣਾ ਚਾਹੀਦਾ ਤੇ ਉਹ ਆਪਣਾ ਜਿਹੜਾ ਹੈਗਾ ਜੀਓ ਤੇ ਜੀਨ ਦਿਓ ਵਾਲੀ ਨੀਤੀ ਦੇ ਉੱਪਰ ਉਹਨੂੰ ਆਉਣਾ ਚਾਹੀਦਾ ਜੀ ਦੁੱਗਲ ਸਾਹਿਬ ਭਾਰਤ ਤੇ ਚੀਨ ਦੀ ਇਹਨਾਂ ਖਬਰਾਂ ਤੋਂ ਬਾਅਦ ਹੁਣ ਚੱਲਦੇ ਆ ਜੀ ਜੋ ਸਭ ਦੀ ਖਬਰ ਮੈਂ ਮੈਨਾਂ ਜੀ ਉਹ ਜੀ ਵਿਸ਼ਵ ਕਰੋਨਾ ਮਹਾਮਾਰੀ ਨੂੰ ਲੈ ਕੇ ਜੇ ਅਸੀਂ ਵਿਸ਼ਵ ਪੱਧਰ ਦੇ ਅੰਕੜਿਆਂ ਦੀ ਗੱਲ ਕਰਦੇ ਹਾਂ ਤੇ ਅੰਕੜਾ 1 ਕਰੋੜ 6 ਲੱਖ ਦੇ ਨੇੜੇ ਆ ਔਰ ਉਹਦੇ ਵਿੱਚੋਂ ਜਿਹੜੇ 5837000 ਦੇ ਜਿਹੜੇ ਕਰੀ ਮਰੀਜ਼ ਨੇ ਉਹ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਨੇ ਉਸ ਤੋਂ ਬਾਵਜੂਦ ਅਸੀਂ ਅਗਰ ਸਭ ਤੋਂ ਉੱਪਰ ਬਾਵਜੂਦ ਦੇਸ਼ਾਂ ਦੀ ਗੱਲ ਕਰਦੇ ਆਂ ਤੇ ਜਿਹੜੇ ਅਮਰੀਕਾ ਬ੍ਰਾਜ਼ੀਲ ਤੇ ਇੰਗਲੈਂਡ ਇਹ ਸਭ ਤੋਂ ਪ੍ਰਮੁੱਖ ਦੇਸ਼ਾਂ ਦੇ ਵਿੱਚ ਸ਼ਾਮਲ ਨੇ ਭਾਰਤ ਦੇ ਅਗਰ ਕੁੱਲ ਮਾਮਲਿਆਂ ਦੀ ਗੱਲ ਕਰੀਏ ਤੇ 5 ਲੱਖ ਤੋਂ ਉੱਪਰ ਮਾਮਲੇ ਦਰਜ ਹੋ ਚੁੱਕੇ ਨੇ ਔਰ 5 ਦਿਨਾਂ ਦੇ ਵਿੱਚ ਹੀ 1 ਲੱਖ ਜਿਹੜੇ ਕੇਸ ਉਹ ਵਦੇ ਦੇਖੋ ਕਰੋਨਾ ਵਾਇਰਸ ਦਾ ਜਿਹੜਾ ਹੈਗਾ ਖਤਰਾ ਜਿਹੜਾ ਹੈਗਾ ਉਹ ਟਲ ਨਹੀਂ ਰਿਹਾ ਜੀ ਕੱਲ ਹੀ ਜਿਹੜਾ ਹੈਗਾ ਵਿਸ਼ਵ ਬਪਾ ਜਿਹੜੀ ਸਾਡੀ ਸਿਹਤ ਸੰਸਥਾ ਆ ਉਹਨੇ ਵੀ ਇਹ ਐਲਾਨ ਕੀਤਾ ਵੀ ਹਜੇ ਤਾਂ ਜਿਹੜਾ ਹੈਗਾ ਕਰੋਨਾ ਨੇ ਆਪਣਾ ਰੰਗ ਦਿਖਾਉਣਾ ਆ ਜੀ ਹੁਣ ਤੁਸੀਂ ਗੱਲ ਕੀਤੀ ਆ ਸਾਰੇ ਅੰਕੜਿਆਂ ਦੀ ਗੱਲ ਕੀਤੀ ਆ ਅਮਰੀਕਾ ਦੀ ਗੱਲ ਕੀਤੀ ਆ ਅਮਰੀਕਾ ਦੇ ਜਿਹੜੀਆਂ ਤਿੰਨ ਸਟੇਟ ਸੀ ਜਿਹੜੀਆਂ ਕਰੋਨਾ ਤੋਂ ਬਹੁਤ ਘੱਟ ਸੀ ਜਿਹਦਾ ਅਸਰ ਉਹ ਤਿੰਨ ਸਟੇਟਸ ਵੀ ਜਿਹੜੀਆਂ ਹੈਗੀਆਂ ਕਰੋਨਾ ਦੀ ਮਾਰਥ ਲੈ ਆ ਰਹੀਆਂ ਨੇ ਦੇਖੋ ਕੱਲ ਅਮਰੀਕਾ ਦੇ ਵਿੱਚ ਜਿਹੜੇ 47000 ਕੇਸ ਜਿਹੜੇ ਹੈਗੇ ਆ ਉਹ ਇੱਕ ਦਿਨ ਦੇ ਵਿੱਚ ਆ ਗਏ 47000 ਕੇਸ ਦੇ ਇੱਕ ਦਿਨ ਦੇ ਵਿੱਚ ਆਉਣ ਦੇ ਨਾਲ ਬਹੁਤ ਸਾਰੀਆਂ ਸਟੇਟਸ ਜਿਵੇਂ ਟੈਕਸਾਸ ਦੀ ਗੱਲ ਕਰਾਂ ਮੈਂ ਕੈਲੀਫੋਰਨੀਆ ਦੀ ਗੱਲ ਕਰਾਂ 애ਰੀਜ਼ੋਨਾ ਦੀ ਗੱਲ ਕਰਾਂ ਇਹ ਸਟੇਟਸ ਦੇ ਵਿੱਚ ਜਿਹੜੇ ਹਫਤਸਾਲਾਂ ਦੇ ਵਿੱਚ ਜਿਹੜੇ ਬੈੱਡ ਜਿਹੜੇ ਹੈਗੇ ਆ ਉਹ ਘੱਟ ਪੈ ਗਏ ਨੇ ਸੋ ਇਸੇ ਕਰਕੇ ਜਿਹੜਾ ਹੈਗਾ ਸਾਡੇ ਜਿਹੜੀ ਸਾਡੇ WHO ਇਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਅਜੇ ਵੀ ਕਿਉਂਕਿ ਬਹੁਤ ਸਾਰੇ ਲੋਕ ਨਵਜੋਤ ਜਿਹੜੇ ਹੈਗੇ ਆ ਉਹ ਅਜੇ ਵੀ ਜਿਹੜੇ ਹੈਗੇ ਆ ਇਹਨਾਂ ਦੀ ਪਾਲਣਾ ਨਹੀਂ ਕਰਦੇ ਅਸੀਂ ਦੇਖ ਰਿਹਾ ਅਮਰੀਕਾ ਦੇ ਵਿੱਚ ਅਸੀਂ ਦੇਖਿਆ ਪਿਛਲੇ ਦਿਨੀ ਜਦੋਂ ਇੱਕ ਗੋਰੇ ਪੁਲਿਸ ਅਫਸਰ ਨੇ ਇੱਕ ਕਾਲੇ ਸਿਆਫ ਆਮ ਬੰਦੇ ਦੀ ਜਿਹੜੀ ਹੈਗੀ ਆ ਗੋਡੇ ਰੱਖ ਕੇ ਉਹਦੀ ਗਰਦਨ ਦੇ ਉੱਪਰ ਹੱਤਿਆ ਕਰ ਦਿੱਤੀ ਸੀ ਤਾਂ ਲੋਕਾਂ ਦਾ ਜਿਹੜਾ ਹੈਗਾ ਬਹੁਤ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਜਲਸੇ ਜਲੂਸ ਨਿਕਲੇ ਸੀ ਉਹਦੇ ਵਿੱਚ ਕਿਸੇ ਨੇ ਵੀ ਸੋਸ਼ਲ ਡਿਸਟੈਂਸ ਦੀ ਜਿਹੜੀ ਆ ਉਹ ਪਾਲਣ ਨਹੀਂ ਕੀਤੀ ਹੁਣ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉਹ ਪਾਲਣ ਨਹੀਂ ਕਰ ਰਹੇ ਜਦੋਂ ਉਹ ਪਾਲਣ ਨਹੀਂ ਕਰ ਰਹੇ ਕਿਉਂਕਿ ਇਹਦਾ ਅਜੇ ਤੱਕ ਤਾਂ ਕੋਈ ਵੈਕਸੀਨ ਜਾਂ ਟੀਕਾਕਰਨ ਨਹੀਂ ਆਇਆ ਤਾਂ ਇਸ ਕਰਕੇ ਜਿਹੜਾ ਹੈਗਾ ਇਹ ਬਿਮਾਰੀ ਵਧਣ ਦਾ ਲਾਗ ਦੀ ਬਿਮਾਰੀ ਆ ਇਹ ਲਾਗ ਦੀ ਵਧਣ ਦੀ ਬਿਮਾਰੀ ਕਰਕੇ ਜਿਹੜੀ ਇੱਕ ਦੂਜੇ ਤੋਂ ਫੈਲਦੀ ਆ ਤਾਂ ਜਿੰਨਾ ਚਿਰ ਹੁਣ ਸਾਡੇ ਪ੍ਰਧਾਨ ਮੰਤਰੀ ਹੋਣਾਂ ਨੇ ਕਿਹਾ ਵੀ 2 ਗੱਜ ਦੀ ਦੂਰੀ ਹੈ ਬਹੁਤ ਜ਼ਰੂਰੀ ਬਹੁਤ ਵਧੀਆ ਹੈਗਾ ਵੀ ਜਿੰਨਾ ਚਿਰ ਅਸੀਂ 2 ਗੱਜ ਦੀ ਦੂਰੀ ਨਹੀਂ ਰੱਖਾਂਗੇ ਚਾਹੇ ਉਹ ਅਮਰੀਕਾ ਹੈਗਾ ਚਾਹੇ ਬ੍ਰਾਜ਼ੀਲ ਆ ਚਾਹੇ ਉਹ ਯੂਰਪ ਜਾਂ ਯੂਰਪੀਅਨ ਕੰਟਰੀ ਹੈ ਸਾਰਿਆਂ ਲਈ ਜਿਹੜੀ ਹੈਗੀ ਆ 2 ਗੱਜ ਦੀ ਦੂਰੀ ਪਰ ਜੇ ਅਸੀਂ ਪਾਲਣਾ ਨਹੀਂ ਕਰਾਂਗੇ ਜਾਂ ਜਿੰਨੀਆਂ ਵੀ ਦਿਸ਼ਾ ਨਿਰਦੇਸ਼ਾਂ ਨਹੀਂ ਚੱਲਾਂਗੇ ਤਾ ਜਿਹੜਾ ਹੈਗਾ ਖਤਰਾ ਜਿਹੜਾ ਹੈਗਾ ਉਹ ਵਧਣਾ ਹੀ ਵਧਣਾ ਜੀ ਤੇ ਦੁਗਲਸਬ ਨਾਲ ਹੀ ਕਰੋਨਾ ਦੇ ਨਾਲ ਜੁੜਦੀ ਖਬਰ ਇਹ ਆ ਕਿਉਂਕਿ ਜਦੋਂ ਅਸੀਂ ਅੰਕੜਿਆਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਉੱਪਰ ਦਾ ਅੰਕੜਾ ਜਿਹੜਾ ਅਮਰੀਕਾ ਦਾ ਹੈ ਤੇ ਅਮਰੀਕਾ ਦੇ ਇੱਕ ਖੁਜਾਰਤੀ ਨੇ ਡਾਕਟਰ ਐਂਟਨੀ ਫੌਚੀ ਉਹਨਾਂ ਨੇ ਅਮਰੀਕਾ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਅਗਰ ਉਹਨਾਂ ਨੇ ਜਿਹੜੇ ਬਕਾਇਦਾ ਇੱਕ ਰੂਲ ਬਣੇ ਹੋਏ ਨੇ ਇੱਕ ਦੂਜਾ ਸਮਾਜਿਕ ਦੂਰੀ ਰੱਖਣ ਦੇ ਮਾਸਕ ਪਾਉਣ ਦੇ ਕਿਉਂਕਿ ਅਮਰੀਕਾ ਦੇ ਵਿੱਚ ਇਸ ਦਾ ਪਾਲਣਾ ਜਿਹੜਾ ਉਹ ਨਹੀਂ ਹੋ ਰਿਹਾ ਅਗਰ ਉਸ ਦਾ ਪਾਲਣਾ ਨਹੀਂ ਕਰਨਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਇੱਕ ਦਿਨ ਦੇ ਵਿੱਚ ਜਿਹੜੇ 1 ਲੱਖ ਕੇਸ ਹੈ ਉਹ ਕਰੋਨਾ ਦੇ ਆਉਣਗੇ ਤਾਂ ਇਹਦੇ ਬਾਰੇ ਕੋਈ ਹਰੰਦਗੀ ਵਾਲੀ ਗੱਲ ਨਹੀਂ ਹੋਏਗੀ ਦੇਖੋ ਅਮਰੀਕਾ ਵਾਕਈ ਜਿਹੜੀ ਹੈ ਜਿਹੜੀ ਉਹਨਾਂ ਦੀ ਸਟੇਟਮੈਂਟ ਹੈ ਇਹੀ ਸਾਰੀ ਲੀਡਰ ਜਿਹੜੇ ਹੈਗੇ ਆ ਦੇਸ਼ਾਂ ਦੇ ਦੇ ਰਹੇ ਨੇ ਸਾਡੇ ਪ੍ਰਧਾਨ ਮੰਤਰੀ ਹੋਰਾਂ ਦਾ ਜਦੋਂ ਹੁਣ ਰਾਸ਼ਟਰ ਦੇ ਨਾਮ ਸੰਬੋਧਨ ਸੀ ਤਾਂ ਉਹਨਾਂ ਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ ਵੀ ਨਾ ਬੇਪਰਵਾਹ ਨਾ ਹੋਵੋ ਵੀ ਦੇਖਿਆ ਗਿਆ ਹੈਗਾ ਵੀ ਸਾਰੀ ਜਨਤਾ ਜਿਹੜੀ ਆ ਉਹ ਬੇਪਰਵਾਹ ਹੋ ਰਹੀ ਆ ਉਹ ਕਰੋਨਾ ਦੇ ਡਰ ਡਰ ਤੋਂ ਜਿਹੜੀ ਹੈਗੇ ਮੁਕਤ ਹੋ ਰਹੀ ਆ ਉਹ ਜਿਹੜੀ ਹੈਗਾ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕਰ ਰਹੀ ਹੁਣ ਦੇਖੋ ਜਿਹੜਾ ਇਹ ਜਿਹੜੇ ਡਾਕਟਰ ਨੇ ਵਿਗਿਆਨੀ ਨੇ ਅਮਰੀਕਾ ਦੇ ਬਹੁਤ ਵੱਡੇ ਕਹਿੰਦੇ ਕਹ ਹੁੰਦੇ ਡਾਕਟਰ ਨੇ ਵਿਸ਼ਵ ਦੇ ਮਹਾਰਾਂ ਦੇ ਵਿੱਚੋਂ ਇੱਕ ਨੇ ਇਹਨਾਂ ਨੇ ਕਿਹਾ ਵੀ ਜੇ ਤੁਸੀਂ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਹੁਣ ਤਾਂ 47000 ਦਾ ਅੰਕੜਾ ਹੀ ਆਇਆ ਅਮਰੀਕਾ ਦੇ ਵਿੱਚ ਵੀ 1 ਲੱਖ ਤਾਂ ਹੀ ਉਹ ਕਹਿੰਦੇ ਵੀ ਇਹ ਬਿਮਾਰੀ ਜਿਹੜੀ ਆ ਪੀਕ ਤੇ ਜਾ ਸਕਦੀ ਆ ਸੋ ਇਸ ਕਰਕੇ ਜਿਹੜਾ ਬਹੁਤ ਜ਼ਰੂਰੀ ਆ ਦਿਸ਼ਾ ਨਿਰਦੇਸ਼ ਦੇਣ ਦੀ ਜੇ ਦਿਸ਼ਾ ਨਿਰਦੇਸ਼ਾਂ ਦੀ ਅਸੀਂ ਪਾਲਣਾ ਨਹੀਂ ਕਰਾਂਗੇ ਤਾਂ ਆਉਣ ਵਾਲੇ ਜਿਹੜੇ ਹੈਗੇ ਦਿਨਾਂ ਦੇ ਵਿੱਚ ਸਾਨੂੰ ਇਹ ਬਿਮਾਰੀ ਬਹੁਤ ਸਤਾ ਸਕਦੀ ਆ ਅਸੀਂ ਦੇਖਿਆ ਵੀ ਇਸ ਬਿਮਾਰੀ ਨੇ ਜਿਹੜਾ ਹੈਗਾ ਸਮੁੱਚਾ ਸੰਸਾਰ ਜਿਹੜਾ ਹੈਗਾ ਉਹ ਖੜਾ ਕੇ ਰੱਖ ਦਿੰਦਾ ਹੈ ਸਮੁੱਚਾ ਸੰਸਾਰ ਜਿਹੜਾ ਹੈਗਾ ਬਦਲਾਅ ਆ ਗਿਆ ਸਾਡੇ ਜੀਵਨ ਸ਼ੈਲੀ ਦੇ ਵਿੱਚ ਜਿਹੜਾ ਬਦਲਾਅ ਆ ਗਿਆ ਤੇ ਹੁਣ ਜਿਹੜੀ ਹੈਗਾ ਅਸੀਂ ਤਾਲਾਬੰਦੀ ਦੀ ਗੱਲ ਕਰਦੇ ਆਂ ਤਾਲਾਬੰਦੀ ਵੀ ਚਲੋ ਇੰਨੀ ਲੰਮੀ ਧੀਰ ਨਹੀਂ ਲਾਈ ਜਾ ਸਕਦੀ ਉਹਦੇ ਵਿੱਚ ਪਰ ਜਿਹੜਾ ਹੁਣ ਪਾਲਣ ਦਾ ਅਸੀਂ ਕਰਨੀਆਂ ਨਾ ਹੁਣ ਜੇ ਸਰਕਾਰ ਨੇ ਜਿਹੜੀ ਬਸਾਂ ਦੇ ਵਿੱਚ ਪੂਰੀ ਨੇ ਪੂਰੀਆਂ ਸਮਰੱਥਾ ਵਾਲੀਆਂ ਸੀਟਾਂ ਦੇਤੀਆਂ ਤਾਂ ਉਹਦੀ ਪਾਲਣਤਾ ਅਸੀਂ ਕਰਨੀਆਂ ਨੇ ਮਾਸਕ ਤਾਂ ਅਸੀਂ ਲਾਉਣਾ ਹੈ ਨਾ ਤੇ ਅਸੀਂ ਹੱਥ ਤਾਂ ਅਸੀਂ ਧੋਣੇ ਆ ਨਾ ਜੇ ਹੁਣ ਅਸੀਂ ਇਹ ਨਹੀਂ ਕਰਾਂਗੇ ਟਾਈਬਵਾਰੀ ਜਿਹੜੀ ਹੈਗਾ ਇੱਕ ਦਿਨ ਜਿਹੜੀ ਹੈਗਾ ਹੋਰ ਜਿਵੇਂ ਮਹਾਮਾਰੀ ਤਾਂ ਜਦੋਂ 11 ਮਾਰਚ ਨੂੰ ਜਿਹੜਾ WHO ਨੇ ਆਲਰੇਡੀ ਇਹਨੂੰ ਮਹਾਮਾਰੀ ਐਲਾਨ ਕਰ ਦਿੱਤਾ ਸੀ 11 ਮਾਰਚ ਤੋਂ ਅੱਜ ਦੇਖ ਲਓ ਤੁਸੀਂ 101 ਦਿਨ ਹੋ ਗਿਆ ਤੇ ਇਸ ਕਰਕੇ ਜਿਹੜਾ ਹੈਗਾ ਇਹਨੂੰ ਸਾਨੂੰ ਦਿਸ਼ਾ ਨਿਰਦੇਸ਼ਾਂ ਦੇ ਸਰਕਾਰ ਤੇ ਚੱਲਣਾ ਪੈਣਾ ਹੈ ਜੀ ਕੋਰੋਨਾ ਦੀ ਗੱਲ ਕਰਦੇ ਹਾਂ ਤਾਂ ਫਿਰ ਅਨਲੌਕ 2 ਦਾ ਜਿਹੜਾ ਪਹਿਲਾ ਦਿਨ ਕਲ ਰਿਹਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਪਹਿਲੇ ਦਿਨ ਹੀ ਅਨਲੌਕ 2 ਦੇ 24 ਘੰਟਿਆਂ ਦੇ ਵਿੱਚ 92 ਨਵੇਂ ਮਾਮਲੇ ਸਾਹਮਣੇ ਆਏ ਚਾਰ ਮੋਤਾਂ ਹੋਈਆਂ ਤੇ ਜੇ ਅਗਰ ਕੁੱਲ ਕੇਸਾਂ ਦੀ ਅਸੀਂ ਗਿਣਤੀ ਕਰੀਏ ਤੇ 5000 ਤੋਂ ਜਿਹੜੀ ਅੰਕੜਾ ਉੱਪਰ ਜਾ ਚੁੱਕਾ ਹੈ। ਦੇਖੋ ਫੇਰ ਉਹੀ ਗੱਲ ਆ ਜਾਂਦੀ ਆ ਵੀ ਸਰਕਾਰ ਨੇ ਪੰਜਾਬ ਸਰਕਾਰ ਨੇ ਸੂਬਾ ਸਰਕਾਰ ਨੇ ਜਿਹੜੀਆਂ ਨੇ ਕਾਫੀ ਜਿਹੜੀਆਂ ਨੇ ਸਹੂਲਤਾਂ ਲੋਕਾਂ ਨੂੰ ਦੇ ਦਿੱਤੀਆਂ ਨੇ। ਦੇਖੋ ਹੁਣ ਆਪਾਂ ਗੱਲ ਕਰੀਏ ਜਿਮ ਨੇ। ਜਿਮਾਂ ਨੂੰ ਅਜੇ ਇਸ ਅਨਲੌਕ 2 ਦੇ ਵਿੱਚ ਨਹੀਂ ਖੋਲਿਆ ਗਿਆ। ਹੁਣ ਜਿਮ ਵੀ ਜਿਹੜੇ ਹੈਗੇ ਉਹ 10-15000 ਦੇ ਕਰੀਬ ਨੇ। ਉਹ ਹੁਣ ਕਹਿੰਦੇ ਵੀ ਜੇ ਤੁਸੀਂ ਬੱਸ ਦੇ ਵਿੱਚ ਬਿਆਹਾਂ ਦੇ ਵਿੱਚ ਤਾਂ 50 ਬੰਦਿਆਂ ਦੀ ਇਜਾਜ਼ਤ ਆ ਤੇ ਬੱਸ ਦੇ ਵਿੱਚ ਅਸੀਂ 52-54 55 ਬਿਠਾ ਰਹੇ ਹਾਂ ਖੜੇ ਕਿਉਂਕਿ ਪ੍ਰਾਈਵੇਟ ਵਾਲੇ ਬਸਾਂ ਲੈਣ ਨੂੰ ਤਾਂ ਸਵਾਦ ਹੀ ਨਹੀਂ ਆਉਂਦਾ ਜਿੰਨਾ ਚਿਰ ਉਹ ਪੰਜ ਸੱਤ 10 ਵਾਰੀਆਂ ਜਿਹੜੀਆਂ ਹੈਗੇ ਬਿਠਾਣ ਵਾਲਿਆਂ ਨੂੰ ਖੜੀਆਂ ਖੜੀਆਂ ਨਾ ਹੋ ਜਾਣ ਬੈਠਣ ਤੋਂ ਇਲਾਵਾ ਕਿਉਂਕਿ ਉਹਨਾਂ ਨੂੰ ਤਾਂ ਲੱਗਦਾ ਜੇ ਪੂਰੀਆਂ 55 ਸਵਾਰੀਆਂ ਭਰੀਆਂ ਹੋਈਆਂ ਨੇ ਤਾਂ ਲੱਗਦਾ ਵੀ ਇਹ ਖਾਲੀ ਅਸੀਂ ਘਾਟੇ 'ਚ ਜਾ ਰਹੇ ਹਾਂ ਕਿਉਂਕਿ ਦੇਖੋ ਹੁਣ ਸਰਕਾਰ ਨੇ ਜਿਹੜੀ ਹੈਗੇ ਬਸਾਂ ਦੇ ਰੀ ਕਰਾਏ ਵੀ ਵਧਾ ਦਿੱਤੇ ਨੇ ਸਾਨੂੰ ਪਤਾ ਹੈਗਾ ਕੱਲ ਤੋਂ ਹੀ ਲਾਗੂ ਹੋਇਆ 6 ਨਵੇਂ ਪੈਸੇ ਜਿਹੜੇ ਹੈਗੇ ਆ ਉਹਨਾਂ ਨੇ ਜਿਹੜੀਆਂ ਐਚ ਐਚ ਵੀ ਏ ਸੀ ਬਸਾਂ ਨੇ ਉਹਨਾਂ ਦੇ 6% ਵਧਾ ਦਿੱਤੇ ਆ ਜਿਹੜੀਆਂ ਇਸ ਤੋਂ ਦੂਜੀਆਂ ਬਸਾਂ ਨੇ ਉਹਨਾਂ ਦੇ ਜਿਹੜੀ ਹੈਗੇ ਆ 20% ਆਪਣੇ ਆਪ ਹੀ ਵਧ ਗਏ ਉਸ ਤੋਂ ਬਾਅਦ ਜਿਹੜੀਆਂ ਸੁਪਰ ਕੋਚ ਨੇ ਉਹਨਾਂ ਦੇ 80% ਵਧ ਗਏ ਜਿਹੜੀਆਂ ਦੂਸਰੀ ਉਹਨੇ ਉਹਨਾਂ ਦੇ ਵੀ 100% ਵਧ ਗਏ ਸੋ ਇਹ ਜਿਹੜੇ ਬਾਲਵੋ ਬਸਾਂ ਵਗੈਰਾ ਨੇ ਸਾਰਿਆਂ ਦੇ ਰੇਟ ਵਧ ਗਏ ਨੇ ਸੋ ਹੁਣ ਜਿਹੜੀ ਸ਼ੇਅਰ ਲੋਡ ਹੈਗੀ ਆ ਲੋਕਾਂ ਦੇ ਉਹ ਹੀ ਆ ਚਾਹੇ ਉਹ ਪੰਜਾਬ ਦੇ ਨੇ ਚਾਹੇ ਉਹ ਅਮਰੀਕਾ ਦੇ ਨੇ ਜਿੰਨਾ ਚਿਰ ਉਹ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਨਹੀਂ ਕਰਨਗੇ ਇਹ ਬਿਮਾਰੀ ਜਿਹੜੀ ਹੈਗੀ ਆ ਵਾਧੀ ਜਾਣੀ ਆ ਸਾਡੇ ਸਵੇਰ ਜਿਹੜੇ ਮੁੱਖ ਮੰਤਰੀ ਨੇ ਅਮਰਿੰਦਰ ਸਿੰਘ ਉਹਨੇ ਵੀ ਬਾਰ ਬਾਰ ਇਹ ਗੱਲ ਕਹੀ ਆ ਵੀ ਮੈਂ ਤੁਹਾਨੂੰ ਚੌਕਸ ਕਰਦਾ ਵੀ ਜੁਲਾਈ ਦੇ ਮਹੀਨੇ ਜੁਲਾਈ ਗਾਸ ਦੇ ਵਿੱਚ ਮਹੀਨੇ ਇਹ ਜਿਹੜੀ ਬਿਮਾਰੀ ਆ ਉਹ ਵੱਧ ਸਕਦੀ ਆ ਸੋ ਇਸ ਕਰਕੇ ਜਿਹੜੇ ਇਸ ਕੇਸ ਸਾਨੂੰ ਲੱਗਦਾ ਸੀ ਪਹਿਲਾਂ ਵੀ ਕਾਫੀ ਘਟ ਜਾਣਗੇ ਪਰ ਜਦੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਆਉਂਦੀਆਂ ਨੇ ਵੀ ਇੰਨੇ ਕੇਸ ਇਕੋ ਲੱਖਤੀ ਆ ਗਏ ਤਾਂ ਫਿਰ ਸਾਨੂੰ ਚਕੰਨੇ ਹੋਣ ਦੀ ਸਾਵਧਾਨ ਹੋਣ ਦੀ ਹੁਸ਼ਿਆਰ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਅਗਲੀ ਖਬਰ ਵੀ ਜਿਹੜੀ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਕਰੋਨਾ ਜਾਂ ਲੋਕਡਾਊਨ ਦੇ ਨਾਲ ਹੀ ਜੁੜੀ ਹੋਈ ਹੈ ਕਿਉਂਕਿ ਖਬਰ ਹੈ ਮਾਪਿਆਂ ਦੇ ਨਾਲ ਜੁੜ ਕੇ ਅਸੀਂ ਗੱਲ ਕਰਦੇ ਹਾਂ ਮਾਨਯੋਗ ਹਾਈ ਕੋਰਟ ਵੱਲੋਂ ਜੋ ਫੈਸਲਾ ਲਿਆ ਗਿਆ ਸੀਗਾ ਸਕੂਲਾਂ ਦੇ ਹੱਕ ਦੇ ਵਿੱਚ ਜਿਹੜੇ ਫੀਸ ਨੇ ਉਹਨਾਂ ਨੂੰ ਮਾਪਿਆਂ ਨੂੰ ਹੁਣ ਦੇਣੀ ਪਵੇਗੀ ਜਿਹਦੇ ਕਰਕੇ ਮਾਪਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਸਿੱਖਿਆ ਮੰਤਰੀ ਦਾ ਆਨ ਆਇਆ ਕਿ ਉਹ ਪੰਜਾਬ ਸਰਕਾਰ ਵੱਲੋਂ ਡਬਲ ਬੈਂਚਪੋਲਡਰ ਵੀਊ ਪਟੀਸ਼ਨ ਜਿਹੜੀ ਆ ਉਹ ਦਾਇਰ ਕਰਨਗੇ। ਬੰਗਲ ਸਾਹਿਬ ਇਸ ਖਬਰ ਨੂੰ ਅਸੀਂ ਕਿੰਨਾ ਕੁ ਸੁਖਾਵਾਂ ਸਮਝੀਏ ਕਿ ਕੋਈ ਸਾਰਤਕ ਨਤੀਜੇ ਦੇ ਨਿਕਲਣਗੇ। ਦੇਖੋ ਜਿਹੜਾ ਇਹ ਕੱਲ ਜਿਹੜਾ ਹੈਗਾ ਇਹਨਾਂ ਦਾ ਫੈਸਲਾ ਆਇਆ ਹਾਈ ਕੋਰਟ ਦਾ ਉਹਦੇ ਵਿੱਚ ਸਿੰਗਲ ਜੱਜ ਨੇ ਜਿਹੜਾ ਹੈਗਾ ਇਹ ਫੈਸਲਾ ਦਿੱਤਾ ਹੈਗਾ। ਉਹਨਾਂ ਨੇ ਕਿਹਾ ਵੀ ਨਹੀਂ ਸਕੂਲਾਂ ਨੂੰ ਜਿਹੜਾ ਹੈਗਾ ਉਹ ਪੂਰੀ ਜਿਹੜੀ ਮਾਪਿਆਂ ਨੂੰ ਆ ਉਹ ਪੂਰੀ ਫੀਸ ਦੇਣੀ ਪੈਣੀ ਆ। ਇਹ ਵੀ ਉਹਨਾਂ ਨੇ ਕਿਹਾ ਵੀ ਦਾਖਲਾ ਫੀਸ ਵੀ ਦੇਣੀ ਪੈਣੀ ਆ ਤੇ ਪਲੱਸ ਜੇ ਕੋਈ ਸਕੂਲ ਦਾ ਹੋਰ ਖਰਚਾ ਆ ਉਹ ਵੀ ਦੇਣਾ ਪੈਣਾ। ਪਰ ਇਹ ਮਾਪਿਆਂ ਨੂੰ ਇੱਕ ਕਿਸਮ ਦਾ ਝਟਕਾ ਲੱਗਿਆ। ਦੇਖੋ ਪੰਜਾਬ ਸਰਕਾਰ ਨੇ ਵੀ ਪੈਰਵੀ ਕੀਤੀ। ਮਾਪਿਆਂ ਨੇ ਖਲਾਇਆ ਵੀ ਪੰਜਾਬ ਸਰਕਾਰ ਨੇ ਜਿਹੜੀ ਪੈਰਵਾਈ ਕੀਤੀ ਆ ਉਹ ਵਧੀਆ ਤਰੀਕੇ ਦੇ ਨਾਲ ਨਹੀਂ ਕੀਤੀ ਉਹ ਬੜੇ ਸੁਖਾਵੇ ਜੇ ਆਰਾਮ ਨਾਲ ਕੀਤੀ ਆ ਜਦੋਂ ਕਿ ਸਾਡੇ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਜਿਹੜੇ ਸਿੰਘਲਾ ਸਾਹਿਬ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਆਪਣੀ ਜਨਤਾ ਪੂਰਾ ਜਿਹੜਾ ਚਾਰ ਪੰਜ ਵਾਰੀ ਪੈਰਵਾਈ ਕੀਤੀ ਆ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਫੈਸਲਾ ਆਇਆ ਸੀ ਉਹਦੇ ਵਿੱਚ ਇਹ ਸੀ ਵੀ ਮਾਪੇ ਜਿਹੜੇ ਹੈਗੇ ਆ ਉਹ ਟਿਊਸ਼ਨ ਫੀਸ 70% ਜਿਹੜੇ ਹੈਗੇ ਆ ਦੇਣਗੇ ਹੁਣ ਜਿਹੜਾ ਹੈਗਾ ਜਦੋਂ ਇਹ ਸਿੰਗਲ ਬੈਂਚ ਤੋਂ ਪੰਜਾਬ ਸਰਕਾਰ ਨੇ ਕਿਹਾ ਡਬਲ ਬੈਂਚ ਜਾਊਗੀ ਤਾਂ ਇਹ ਜਿਹੜੇ ਹੈਗਾ ਵਾਕਈ ਹੁਣ ਜਿਹੜਾ ਹੈਗਾ ਰਿਵਿਊ ਪਟੀਸ਼ਨ ਜਿਵੇਂ ਤੁਸੀਂ ਗੱਲ ਕੀਤੀ ਆ ਪਰ ਮੈਂ ਇਸ ਤੋਂ ਪਹਿਲਾਂ ਵੀ ਜਿਹੜੀ ਹੈਗੀ ਆ ਅੱਠ ਰਾਜਾਂ ਦੇ ਜਿਹੜੇ ਲੋਕ ਨੇ ਮਾਪੇ ਉਹ ਆਲਰੇਡੀ ਜਿਹੜੇ ਸੁਪਰੀਮ ਕੋਰਟ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਪੰਜਾਬ ਚੰਡੀਗੜ੍ਹ ਦਿੱਲੀ ਜਿਹੜਾ ਰਾਜਸਥਾਨ ਮੱਧ ਪ੍ਰਦੇਸ਼ ਇਹ ਸਾਰੇ ਜਿਹੜੇ ਹੈਗੇ ਆ ਅੱਠ ਰਾਜ ਨੇ ਜਿਹੜੇ ਆਲਰੇਡੀ ਸੁਪਰੀਮ ਕੋਰਟ ਦੇ ਵਿੱਚ ਜਾ ਚੁੱਕੇ ਆ ਉਹਨਾਂ ਨੇ ਕਿਹਾ ਵੀ ਲਾਕਡਾਊਨ ਦੌਰਾਨ ਜਿਹੜੇ ਹੈਗੇ ਆ ਉਹ ਜਦੋਂ ਸਕੂਲ ਬੰਦ ਨੇ ਤਾਂ ਫੀਸਾਂ ਦਾ ਕੋਈ ਮਤਲਬ ਨਹੀਂ ਬਣ ਜਾਂਦਾ ਸੋ ਇਹ ਸਾਰੇ ਕਰਕੇ ਹੁਣ ਦੇਖੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਕੀ ਦੱਸਦਾ ਆ ਜੀ ਦੁੱਗਲ ਸਾਹਿਬ ਸਾਰੇ ਸਮੀਖਿਆ ਦੇ ਵਿੱਚ ਸਾਡੇ ਨਾਲ ਹਿੱਸਾ ਲੈਣ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨ ਥੈਂਕ ਯੂ ਜੀ